ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਖਾਲਸਾ ਐਡ। ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਖਾਲਸਾ ਦਾ ਮਤਲਬ ਕੀ ਹੈ। ਖਾਲਸਾ ਦਾ ਮਤਲਬ ਹੈ ਸ਼ੁੱਧ ਅਤੇ ਪਿਓਰ। ਖਾਲਸਾ ਪੰਥ ਦੀ ਸਥਾਪਨਾ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਪੰਜ ਪਿਆਰਿਆਂ ਨੂੰ ਪੰਜ ਚਿੰਨ੍ਹ ਜੋ ਕਿ ਹਨ ਕੰਘਾ, ਕੇਸ਼, ਕਚਹਿਰਾ, ਕੜਾ ਅਤੇ ਕਿਰਪਾਨ ਦੇ ਨਾਲ ਕੀਤੀ। ਇਹ ਤਾਂ ਰਹੀ ਸਾਰੀ ਖਾਲਸਾ ਦੀ ਗੱਲ, ਹੁਣ ਆਪਾਂ ਆਈਏ ਏਡ ਤੇ। ਏਡ ਦਾ ਬਿਲਕੁਲ ਸਾਫ਼ ਮਤਲਬ ਹੈ ਸਹਾਇਤਾ ਕਰਨਾ। ਤੋ ਖਾਲਸਾ ਐਡ ਇੱਕ ਉਹ ਔਰਗਨਾਈਜੇਸ਼ਨ ਹੈ ਜੋ ਕਿ ਇੱਕ ਵੱਡੇ ਪੈਮਾਨੇ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਲੋਕਾਂ ਦੀ ਨਿੱਜੀ ਅਤੇ ਮਾਲੀ ਤੌਰ 'ਤੇ ਸਹਾਇਤਾ ਕਰਦੀ ਹੈ। ਖਾਲਸਾ ਐਡ ਦੀ ਸਥਾਪਨਾ 1999 ਦੇ ਵਿੱਚ ਇੰਗਲੈਂਡ ਦੇ ਰਵੀ ਸਿੰਘ ਨੇ ਕੀਤੀ। ਖਾਲਸਾ ਐਡ ਨੇ ਕਦੀ ਨਹੀਂ ਕਿਹਾ ਕਿ ਇਹ ਸਿੱਖਾਂ ਦੀ ਔਰਗਨਾਈਜੇਸ਼ਨ ਹੈ ਜਾਂ ਇਹ ਸਿੱਖਾਂ ਦੇ ਲਈ ਹੀ ਕੰਮ ਕਰੇਗੀ। ਇਹ ਆਪਣੇ ਸਾਰੇ ਵਲੰਟੀਅਰ ਦਾ ਜੀ ਆਇਆਂ ਨੂੰ ਕਰਦੀ ਹੈ, ਚਾਹੇ ਉਹ ਭਾਵੇਂ ਕਿਸੇ ਵੀ ਧਰਮ ਜਾਂ ਜਾਤ ਤੋਂ ਸੰਬੰਧ ਰੱਖਦੇ ਹੋਣ। ਮੁਸੀਬਤ ਦੇ ਸਮੇਂ ਹਮੇਸ਼ਾ ਹੀ ਖਾਲਸਾ ਐਡ ਨੇ ਆਪਣੇ ਹਿੰਮਤ ਦੀ ਦਾਤ ਦਿੱਤੀ ਹੈ ਅਤੇ ਨਾਲੇ ਸਿੱਖਾਂ ਦਾ ਇਤਿਹਾਸ ਉਹਨਾਂ ਦੇ ਹਿੰਮਤ, ਜਜ਼ਬੇ ਅਤੇ ਬਹਾਦਰੀ ਦੀ ਗਵਾਹੀ ਭਰਦਾ ਹੋਇਆ ਕਹਿੰਦਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ। ਜੇ ਤੁਹਾਨੂੰ ਇਹ ਮੇਰੇ ਸ਼ਬਦ ਚੰਗੇ ਲੱਗੇ ਹੋਣ ਤਾਂ ਖਾਲਸਾ ਐਡ ਦੇ ਜਜ਼ਬੇ ਅਤੇ ਹਿੰਮਤ ਨੂੰ ਸਲਾਮ ਕਰਨ ਲਈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ।